ਵਾਹਿਗੁਰੂ ਜੀ ਕੀ ਫਤਿਹ। ਇਹ ਆਪਾਂ ਹੈਦਰਨਗਰ ਦੇ ਜੰਗਲ ਦੇ ਵਿੱਚ ਖੜ੍ਹੇ ਹਾਂ ਜੀ, ਅਤੇ ਹੈਦਰਨਗਰ ਉਹ ਪਿੰਡ ਹੈ ਜਿਹੜੇ ਪੰਜ ਪਿੰਡਾਂ ਦਾ ਨਾਮ ਆ ਰਿਹਾ ਕਿ ਮੱਤੇਵਾੜੇ ਦਾ ਜਿਹੜਾ ਟੈਕਸਟਾਈਲ ਪਾਰਕ ਬਣਨ ਜਾ ਰਿਹਾ ਉਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕੁਆਇਰ ਹੋ ਰਹੀ ਹੈ, ਸੇਖੋਵਾਲ, ਹੈਦਰਨਗਰ ਅਤੇ ਸਲੇਮਪੁਰਾ ਵਗੈਰਾ। ਅਤੇ ਇਹ ਹੈਦਰਨਗਰ ਦਾ ਜੰਗਲ ਜਿਹੜਾ ਹੈ ਇਹ 250 ਏਕੜ 'ਚ ਫੈਲਿਆ ਹੋਇਆ, ਬਹੁਤ ਪੁਰਾਣਾ ਜੰਗਲ ਹੈ। ਅਤੇ ਇਹਦੇ ਬਿਲਕੁਲ ਨਾਲ ਲੱਗਦਾ ਜਿਹੜਾ ਹੈ ਇੰਡਸਟਰੀ ਪਾਰਕ, ਜੇ ਆਪਾਂ ਬਣਾਵਾਂਗੇ ਤਾਂ ਇਹ ਜੰਗਲ ਦਾ ਦੇਖ ਕੇ ਕੋਈ ਐਂ ਨਹੀਂ ਲੱਗਦਾ ਵੀ ਇਹ ਬਚ ਸਕਦਾ। ਔਰ ਆਪਾਂ ਬਿਲਕੁਲ ਇਹਦੀ ਕੰਧ ਨਾਲ ਕੰਧ ਜੋੜ ਕੇ ਜਿਹੜਾ ਹੈ ਪਾਰਕ ਇੰਡਸਟਰੀ ਲਗਾਉਣਾ ਜਿਹੜਾ ਹੈ ਉਹ ਗੱਲ ਠੀਕ ਨਹੀਂ ਲੱਗਦੀ। ਦੇਖੋ ਜਿਹੜਾ ਆਲੂ ਫਾਰਮ ਜਿੱਥੇ ਜਿਹੜਾ ਐਕੁਆਇਰ ਕੀਤਾ ਇਹਨਾਂ ਨੇ ਇੰਡਸਟਰੀ ਲਾਉਣ ਵਾਸਤੇ, ਜਦੋਂ ਉੱਥੇ ਇੰਡਸਟਰੀ ਲੱਗ ਗਈ ਫਿਰ ਆਹ ਬਿਲਕੁਲ ਜਦੋਂ ਨਾਲ ਹੈ ਅਤੇ ਇਹ ਤਾਂ ਇਕੋਲੋਜੀਕਲੀ ਸੈਂਸਿਟਿਵ ਜਿਹੜਾ ਸਿਸਟਮ ਹੁੰਦਾ ਜਿਹੜਾ ਜੰਗਲ ਦਾ, ਅਤੇ ਉਹ ਤੁਸੀਂ ਜੰਗਲ ਕਿਵੇਂ ਬਚੂਗਾ ਜਦੋਂ ਉੱਥੇ ਹੈਬੀਟੇਸ਼ਨ ਹੋਊਗੀ, ਉੱਥੇ ਆਵਾਜਾਈ ਹੋਊਗੀ, ਉੱਥੇ ਲੋਕ ਰਹਿਣ ਲੱਗ ਪਏ, ਤਾਂ ਫਿਰ ਇਹ ਤਾਂ ਲੱਕੜਾਂ ਵੱਢ ਵੱਢ ਕੇ ਖਾ ਜਾਣਗੇ ਇਹਨਾਂ ਨੂੰ। ਸੋ ਇਸ ਚੀਜ਼ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਔਰ ਪੰਜਾਬ ਦੇ ਵਿੱਚ ਕਿੰਨੇ ਫੋਕਲ ਪੁਆਇੰਟ ਪਏ ਆ, ਫਗਵਾੜਾ ਸਾਰਾ ਹੀ ਖਾਲੀ ਪਿਆ, ਆ ਤੁਹਾਡਾ ਮੰਡੀ ਗੋਬਿੰਦਗੜ੍ਹ ਸਾਰਾ ਹੀ ਖਾਲੀ ਪਿਆ, ਸਾਡੇ ਕੋਟਕਪੂਰੇ ਦਾ ਫੋਕਲ ਪੁਆਇੰਟ ਖਾਲੀ ਪਿਆ। ਤੁਸੀਂ ਫੋਕਲ ਪੁਆਇੰਟ ਬਾਤ ਕਰੋ ਨਾ ਜਿੱਥੇ ਇੰਡਸਟਰੀ ਵਾਸਤੇ ਜ਼ਮੀਨਾਂ ਪਹਿਲਾਂ ਰਿਕੁਆਇਰ ਕੀਤੀਆਂ ਹੋਈਆਂ। ਸੋ ਜੰਗਲ ਅਸੀਂ ਨਹੀਂ ਹੋਣ ਦੇਣੇ। ਇੱਕ ਨਾ ਪਿਛਲੇ ਸਮੇਂ ਵਿੱਚ ਮੀਡੀਆ ਰਿਪੋਰਟਾਂ 'ਚ ਅਸੀਂ ਪੜ੍ਹਿਆ ਗਿਆ ਵੀ ਇੱਥੇ ਕੋਈ ਲਿੰਕ ਰੋਡ ਸੀਗਾ ਚੌੜਾ ਹੋਣਾ ਸੀਗਾ, ਪਰ ਉਹ ਡੀ ਸੀ ਲੁਧਿਆਣਾ ਨੇ ਇਹ ਕਹਿ ਕੇ ਰੱਦ ਕਰਤਾ ਵੀ ਜਦੋਂ ਉੱਥੋਂ ਦੀ ਆਵਾਜਾਈ ਵਧੂਗੀ ਤਾਂ ਜਿਹੜਾ ਜੰਗਲ ਨੂੰ ਜਿਹੜਾ ਸ਼ਾਂਤੀ ਉੱਥੋਂ ਦੀ ਭੰਗ ਹੋਊਗੀ, ਇਹਦੇ ਵਾਸਤੇ ਖਤਰਾ ਉਹਨਾਂ ਨੇ ਉਹ ਪਾਸ ਨਹੀਂ ਕੀਤੀ। ਅਤੇ ਅੱਜ ਜਦੋਂ ਇਹਦੇ ਬਿਲਕੁਲ ਗੁਆਂਢ 'ਚ ਇੰਡਸਟਰੀ ਲਾ ਰਹੇ ਆ ਉਹਦੇ ਵਾਸਤੇ ਤਾਂ ਕਿੰਨਾ ਇਹਦੇ ਵਾਸਤੇ ਖਤਰਾ ਪੈਦਾ ਹੋਊਗਾ, ਇਹ ਗੱਲ ਵੀ ਸੋਚਣ ਵਾਲੀ ਹੈ ਜੀ। ਦੂਸਰੀ ਗੱਲ ਇਹ ਵੀ ਆ, ਦੇਖੋ ਅਸੀਂ ਇਹਦੇ ਵਿੱਚ ਜਾ ਕੇ ਜੰਗਲ ਦੇ ਦੇਖਿਆ, ਮੋਰ ਅਤੇ ਧਰ ਬਟੇਰੇ ਹੋਰ ਵੀ ਮਤਲਬ ਪੰਛੀ ਅਤੇ ਜਾਨਵਰ ਇਹਦੇ ਵਿੱਚ ਦੇਖੇ ਗਏ ਆ। ਜਦੋਂ ਨੇੜੇ ਇੰਡਸਟਰੀ ਲੱਗ ਗਈ, ਪਹਿਲੀ ਗੱਲ ਤਾਂ ਜਿਵੇਂ MLA ਸਾਹਿਬ ਨੇ ਕਿਹਾ ਵੀ ਜਿਹੜੇ ਇੱਥੇ ਵਸੋਂ ਹੋਏਗੀ ਅਤੇ ਜੰਗਲ ਨੂੰ ਲੋਕ ਬਾਲਣ ਦੇ ਤੌਰ 'ਤੇ ਕੱਟ ਰਹੇ, ਜਿਹਦੀ ਉਦਾਹਰਨ ਸਾਡੇ ਕੱਸੀਆਂ, ਡਰੇਨਾਂ, ਸੂਇਆਂ, ਨਹਿਰਾਂ ਤੋਂ ਲੋਕਾਂ ਨੇ ਦਰਖਤ ਵੱਢ ਵੱਢ ਕੇ ਖਪਾ ਤੇ, ਇਹਦੇ ਜੰਗਲ ਵੀ ਨਹੀਂ ਬਚੇਗਾ। ਪੰਜਾਬ ਦੀ ਧਰਤੀ ਜੰਗਲਾਂ ਦੀ ਜਿਹੜੀ ਹੈਗੀ ਆ, ਮਤਲਬ ਰੁੱਖਾਂ ਦੀ ਜਗ੍ਹਾ ਬਹੁਤ ਘੱਟ ਆ, ਜੰਗਲ ਸਾਡੇ ਬਹੁਤ ਥੋੜ੍ਹੇ ਨੇ, ਇਸ ਕਰਕੇ ਜਿਹੜੇ ਜੰਗਲ ਇੱਕਾ ਦੁੱਕਾ ਬਚੇ ਵੀ ਨੇ, ਤਾਂ ਸਰਕਾਰ ਨੂੰ ਬੇਨਤੀ ਕਰਦੇ ਇਸ ਜੰਗਲਾਂ ਦੀ ਸੁਰੱਖਿਅਤ ਰੱਖਿਆ ਜਾਵੇ। ਜਿਹੜੀ ਇੰਡਸਟਰੀ ਪਾਰਕ ਜਿਵੇਂ MLA ਸਾਹਿਬ ਨੇ ਕਿਹਾ ਵੀ ਸਾਡੇ ਫੋਕਲ ਪੁਆਇੰਟ ਵਿਹਲੇ ਪਏ ਆ, ਉਹਨਾਂ ਦੇ ਵਿੱਚ ਵਾਤਾਵਰਨ ਅਨੁਕੂਲ ਆ ਜਿਹੜੀ ਇੰਡਸਟਰੀ ਲਾਈ ਜਾਵੇ ਅਤੇ ਨਾਲੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਨਾਲੇ ਸਾਡੇ ਜਿਹੜੇ ਜੰਗਲ ਨੇ ਉਹ ਜੀਵਿਤ ਰਹਿਣਗੇ। ਧੰਨਵਾਦ। ਦੇਖੋ ਜੀ, ਇੱਥੇ ਸਾਡੇ ਦੇਸ਼ ਦੇ ਵਿੱਚ ਆਕਸੀਜਨ ਵਿਕਣ ਲੱਗ ਪਈ ਆ, ਬੰਬੇ ਦੇ ਵਿੱਚ ਸਿਲੰਡਰ ਮਿਲਦੇ ਆ ਆਕਸੀਜਨ ਦੇ, ਅਤੇ ਆਹ ਗਰੀਬਾਂ ਦੇ ਫੇਫੜੇ ਆ ਜਿਵੇਂ ਭਗਤ ਪੂਰਨ ਸਿੰਘ ਜੀ ਕਹਿੰਦੇ ਹੁੰਦੇ ਸੀ। ਸੋ ਇਹ ਬਹੁਤ ਜ਼ਰੂਰੀ ਹੈ, ਮੈਂ ਹਰੇਕ ਅਮੀਰ ਨੂੰ ਵੀ ਕਹਿੰਦਾ, ਗਰੀਬ ਨੂੰ ਵੀ ਕਹਿੰਦਾ, ਇੰਡਸਟਰੀਅਲਿਸਟ ਨੂੰ ਵੀ ਕਹਿੰਦਾ, ਸਾਰਿਆਂ ਨੂੰ ਕਹਿੰਦਾ ਵੀ ਆਪਾਂ ਪੈਸੇ ਨਾਲ ਆਪਾਂ ਨੂੰ ਸਾਹ ਨਹੀਂ ਆਉਣਾ, ਸਾਹ ਆਊਗਾ ਜੰਗਲ ਨਾਲ। ਪੰਜਾਬ ਦੇ ਵਿੱਚ ਸਿਰਫ 3% ਰਹਿ ਗਈ ਹੈ ਤੁਹਾਡੀ ਜੰਗਲ, ਅਸੀਂ ਖੇਤਾਂ ਦੇ ਵਿੱਚੋਂ ਚੱਕਦੇ ਹਾਂ, ਸਾਰਾ ਕੁਝ ਚੱਕਦਾ। ਹੁਣ ਤਹੱਈਆ ਕਰੋ, ਔਰ ਇਹ ਫੇਫੜੇ ਜਿਹੜੇ ਆਪਣੇ ਆ, ਜਿਹੜੇ ਜੰਗਲ ਨੇ, ਦਰਖਤ ਨੇ, ਇਹਨਾਂ ਨੂੰ ਬਚਾਉਣਾ ਹੈ। ਬਹੁਤ ਧੰਨਵਾਦ। ਅਸੀਂ ਇੱਧਰ ਤੁਰ ਕੇ ਆਉਣਾ, ਇਹ ਫੋਨ ਫੋਟੋ ਕਰੀ।